ਰਸਮ ਕਰਦੇ ਆ ਇਹ ਆਪਦੀ ਤੰਦਰੁਸਤੀ ਰੱਖੇ ਜੀ ਵਾਹਿਗੁਰੂ ਦੋਨਾਂ ਨੂੰ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਜੀ ਖੁਸ਼ੀ ਦੇ ਗੱਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਅੱਜ ਇੱਕ ਇੱਥੇ ਸੌਦਾ ਹੋਇਆ ਘੋੜੀ ਖਰੀਦੀਆਂ ਬਾਈਆਂ ਨੇ ਤੇ ਇੱਕ ਬਾਈ ਨੇ ਵੇਚੀ ਆ ਤੇ ਗੱਲਬਾਤ ਕਰਦੇ ਆ ਬਈ ਕਿੱਥੋਂ ਆਇਆ ਲੈਣ ਵਾਸਤੇ ਤੇ ਕਿੱਥੇ ਲੈ ਕੇ ਜਾਣੀ ਆ ਕਿੱਥੋਂ ਨੇ ਵੇਚੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਣਖ ਚੈਨਲ ਤੇ ਬਈ ਸਵਾਗਤ ਤੁਹਾਡਾ ਸਾਰਿਆਂ ਦਾ ਠੀਕ ਹੈ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਅੱਛਾ ਬਾਈ ਤੁਸੀਂ ਵੇਚੀ ਇਹ ਹਾਂਜੀ ਆਪਾਂ ਘੋੜੀ ਵੇਚੀ ਹੈ ਜੀ ਕਿਹੜੀ ਜਗ੍ਹਾ ਤੋਂ ਆਪਾਂ ਮੌੜ ਪਿੰਡ ਤੋਂ ਜੀ ਤਹਿਸੀਲ ਕੋਟਕੂਰਾ ਜ਼ਿਲ੍ਹਾ ਫਰੀਦਕੋਟ ਤੋਂ ਹੈ ਜੀ ਅੱਛਾ ਕਿਹੜੀ ਬਰਾਡ ਲੈਣ ਦੇ ਬਰੇ ਇਹ ਨੁਕਰੀ ਹੈ ਜੀ ਨੁਕਰੀ ਹੈ ਇਹ ਹਾਂਜੀ ਅੱਛਾ ਤੇ ਤੁਸੀਂ ਬਾਈ ਜੀ ਲੈਤੀ ਇਹ ਹਾਂਜੀ ਇਹ ਆਪਾਂ ਲੈ ਆਏ ਜੀ ਅੱਛਾ ਤੇ ਕਿਦੋਂ ਤੋਂ ਤੁਹਾਨੂੰ ਸ਼ੌਂਕ ਆ ਗਿਆ ਫਿਰ ਸ਼ੌਂਕ ਵੀਰ ਜੀ ਕਾਫੀ ਟਾਈਮ ਦਾ ਸੀਗਾ ਤੇ ਅੱਛਾ ਇਦਾਂ ਇਕੱਲੇ ਕਰੇ ਕਰਕੇ ਦੇ ਬੰਦੇ ਮੁੰਦੇ ਨਹੀਂ ਸੀ ਨਾਰਿੰਦੇ ਕਰਕੇ ਤੇ ਹੁਣ ਚਲੋ ਲੱਭਿਆ ਤੇ ਅੱਛਾ ਫਿਰ ਦੁਬਾਰਾ ਲਈ ਅੱਗੇ ਵੀ ਲਈ ਸੀ ਅਕਰੀ ਤੇ ਉਹ ਸੇਲ ਕਰ ਦਿੱਤੀ ਸੀ ਅੱਛਾ ਉਹ ਸੇਲ ਕਰਤੀ ਸੀ ਹਾਂਜੀ 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 ਜਿਵੇਂ ਕਿਹੜੀ ਜਗ੍ਹਾ ਤੋਂ ਆਏ ਬਾਈ ਤੁਸੀਂ ਅਸੀਂ ਬਾਜੀ ਤਰਨਤਾਰਨ ਜ਼ਿਲ੍ਹਾ ਪਿੰਡ ਸੁਰਸਿੰਘ ਅੱਛਾ ਪੰਜਾਬ ਤੋਂ ਤੁਸੀਂ ਆਏ ਹੋ ਜ਼ਿਲ੍ਹਾ ਤਰਨਤਾਰਨ ਤੋਂ ਹਾਂਜੀ ਮਾਝੇ ਤੋਂ ਤੁਸੀਂ ਮਾਝੇ ਤੋਂ ਕੋੜੀ ਲੈਣ ਆਏ ਬਾਈ ਹਾਂਜੀ ਹਾਂਜੀ ਕੋੜੀ ਲੈਣੇ ਆ ਕਾਫੀ ਟਾਈਮ ਦੀਆਂ ਨਾ ਮੰਡੀ ਨਹੀਂ ਲੱਗਦੀ ਕਰਕੇ ਵੀ ਪੰਜਾਬ ਦੇ ਵਿੱਚ ਮੰਡੀਆਂ ਬੰਦ ਸੀ ਉਹਦੇ ਕਰਕੇ ਸਾਨੂੰ ਰਾਜਸਥਾਨ ਇੱਥੇ ਆਉਣਾ ਪਿਆ ਹਾਂਜੀ ਹਾਂਜੀ ਭਾਜੀ ਇੱਥੇ ਆ ਗਏ ਅੱਛਾ ਤੇ ਤੁਸੀਂ ਇਹ ਘੋੜੀ ਲੈ ਲਈ ਬਾਈਆਂ ਤੋਂ ਤੇ ਵਧੀਆ ਤੁਹਾਡਾ ਸਾਫ ਸੁਥਰਾ ਸੌਦਾ ਹੋ ਗਿਆ ਹੈ ਹਾਂਜੀ ਸਾਫ ਸੁਥਰਾ ਹੋ ਗਿਆ ਸਾਨੂੰ ਮਨ ਨੂੰ ਲੱਗੀ ਵਧੀਆ ਬਾਈ ਦੇ ਫਾਰਮ ਤੋਂ ਲੈਤੀ ਘਰੋਂ ਲੈਤੀ ਹੈ ਬਾਈ ਇੱਥੋਂ ਲਈ ਹੈ ਮੰਡੀ ਤੋਂ ਮੰਡੀ ਤੋਂ ਲੈਤੀ ਆ ਹਾਂਜੀ ਸੌਦਾ ਤੁਹਾਡਾ ਲਿਖ ਲਿਖਾਈ ਹੋ ਗਿਆ ਸਾਰਾ ਹਾਂਜੀ ਸਾਰਾ ਕੁਝ ਵਧੀਆ ਤੁਹਾਨੂੰ ਘੋੜੀ ਮਿਲ ਗਈ ਤੇ ਅੱਗੇ ਗੱਬਾ ਕੇ ਕਿਵੇਂ ਬਾਈ ਖਾਲੀ ਬਾਈ ਅੱਛਾ ਖਾਲੀ ਕਰਕੇ ਤੁਸੀਂ ਲੈਤੀ ਹਾਂਜੀ ਖਾਲੀ ਕਰਕੇ ਤੇ ਹੋਰ ਵੀ ਜਾਨਵਰ ਹੈਗੇ ਬਾਈ ਆਪਣੇ ਕੋਲ ਹਾਂਜੀ ਬਾਈ ਜੀ ਤਿੰਨ ਚਾਰ ਜਾਨਵਰ ਘਰੇ ਹੈਗੇ ਹੋਰ ਅੱਛਾ ਹਾਂਜੀ ਉਹ ਵੀ ਸੇਲ ਵਾਸਤੇ ਕਿ ਨਹੀਂ ਜੀ ਉਹ ਘਰੇ ਰੱਖੇ ਹੋਏ ਆ ਅੱਛਾ ਜਿਹੜੀ ਸੇਲ ਵਾਸਤੇ ਜੋ ਤੁਸੀਂ ਇੱਥੇ ਸੇਲ ਕਰਦੇ ਹਾਂਜੀ 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 ਅੱਛਾ ਤੇ ਪੰਜਾਬ ਸਰਕਾਰ ਨੂੰ ਸਾਨੂੰ ਚਾਹੀਦਾ ਵੀ ਪੰਜਾਬ 'ਚ ਮੰਡੀਆਂ ਲੱਗਣੀਆਂ ਚਾਹੀਦੀਆਂ ਜੀ ਬਿਲਕੁਲ ਜੀ ਹਾਂਜੀ ਤਿੰਨ ਮੰਡੀਆਂ ਵੇਖੋ ਨਾ ਜਗਰਾਵਾਂ ਲੱਗੀ ਆ ਨਾ ਦੁਸਹਿਰਾ ਲੱਗਿਆ ਜੀ ਨਾ ਹੀ ਦੀਵਾਲੀ ਲੱਗੀ ਹੈ ਜੀ ਤੇ ਹੁਣ ਸਰਕਾਰ ਨੂੰ ਪੂਰੇ ਜ਼ੋਰ ਮੰਗ ਕਰਦੇ ਆ ਵੀ ਉਹ ਆਪਣੇ ਮੁਕਤਸਰ ਸਾਹਿਬ ਦਾ ਮੇਲਾ ਲਵਾਉਣ ਜੀ ਹਾਂਜੀ ਬਿਲਕੁਲ ਚਾਹੀਦਾ ਵੀ ਮੁਕਤਸਰ ਦਾ ਮੇਲਾ ਲੱਗਣਾ ਚਾਹੀਦਾ ਜੀ ਆਪਣੇ ਪੰਜਾਬ ਦੇ ਜਿਹੜੀ ਯੂਥ ਆ ਹਨਾ ਵੱਧ ਤੋਂ ਵੱਧ ਮੇਲਿਆਂ ਨਾਲ ਜੁੜੇ ਹਾਂਜੀ ਤੇ ਜਿਹੜੇ ਜਿਵੇਂ ਕਿ ਨਸ਼ੇ ਦਾ ਕੋਈ ਚਿੱਟਾ ਦੌਰ ਆ ਹਨਾ ਉਹ ਤੋਂ ਬਚਣ ਦਾ ਇੱਕ ਵਧੀਆ ਸਾਧਨ ਆ ਇਹ ਮੇਲੇ ਲੱਗਣੇ ਜ਼ਰੂਰੀ ਆ ਜ਼ਰੂਰੀ ਹੈ ਬਾਈ ਸਰਦਾਰ ਭਗਵੰਤ ਸਿੰਘ ਮਾਨ ਕੇ ਆਪਾਂ ਬੇਨਤੀ ਕਰਦੇ ਆ ਸਾਰੇ ਰਲ ਮਿਲ ਕੇ ਨਾ ਵੀ ਮੁਕਤਸਰ ਮੇਲਾ ਲੱਗਣਾ ਹੀ ਚਾਹੀਦਾ ਨਾ ਜ਼ਰੂਰੀ ਹੈ ਇਤਿਹਾਸਕ ਮੇਲਾ ਹੀ ਦੇਖੋ ਇਤਿਹਾਸਕ ਮੇਲਾ ਪੁਸ਼ਕਰ ਲੱਗਿਆ ਸੀ ਹੁਣ ਸ਼੍ਰੀ ਗੰਗਾਨਗਰ ਲੱਗ ਗਿਆ ਜੀ ਤੇ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਹੈ ਇਤਿਹਾਸਕ ਮੇਲਾ ਹੈ ਨਾਲੇ ਤਾਂ ਇਸ਼ਨਾਨ ਕਰ ਜਾਂਦੇ ਲੋਕ ਤੇ ਨਾਲੇ ਹਾਂਜੀ ਮੇਲਾ ਲੱਗ ਜਾਂਦਾ ਬੇਨਤੀ ਕਰਦੇ ਆ ਮਾਨ ਸਾਹਿਬ ਨੂੰ ਵੀ ਜ਼ਰੂਰ ਮੇਲੇ ਦੀ ਆਗਿਆ ਦਿੱਤੀ ਜਾਵੇ ਹਾਂਜੀ ਬਾਕੀ ਬਹੁਤ ਪੁਰਾਣਾ ਮੇਲਾ ਲੱਗਦਾ ਆ ਰਿਹਾ ਹਾਂਜੀ ਬਹੁਤ ਪੁਰਾਣਾ ਮੇਲਾ ਲੱਗਦਾ ਆ ਰਿਹਾ ਬਾਈ ਜੀ ਹਾਂਜੀ ਬਾਕੀ ਪੰਜਾਬ ਦਾ ਨਾਂ ਵੀ ਨਿਕਲਦਾ ਜੀ ਹਾਂਜੀ ਪੰਜਾਬ ਦਾ ਨਾਂ ਨਿਕਲਦਾ ਹੈ ਪੰਜਾਬ ਦੇ ਬੱਚੇ ਬਹੁਤ ਉਤਸ਼ਾਹ ਹੁੰਦੇ ਆ ਦੇਖਣ ਵਾਸਤੇ ਜੀ ਹਾਂਜੀ ਤੇ ਕਿਰਪਾ ਚਾਹੀਦੀ ਬਾਬੇ ਨਾਨਕ ਦੀ ਬਾਕੀ ਜੀ ਮਤਲਬ ਕਿ ਬਹੁਤ ਸਟੇਟਾਂ ਤੋਂ ਲੋਕ ਆਉਂਦੇ ਆ ਬਹੁਤ ਸਟੇਟਾਂ ਤੋਂ ਆਉਂਦੇ ਆ ਜੀ ਦੂਰੋਂ ਦੂਰੋਂ ਇੰਡੀਆ ਤੋਂ ਆਲ ਇੰਡੀਆ ਤੋਂ ਆਉਂਦੇ ਆ ਜੀ ਇੱਥੇ ਬਾਕੀ ਮੁਕਤਸਰ ਦਾ ਪਹਿਲਾਂ ਇਕੱਲੇ ਘੋੜੇ ਨਹੀਂ ਮਤਲਬ ਕਿ ਮੱਝਾਂ ਦਾ ਮੱਝਾਂ ਗਾਵਾਂ ਦਾ ਹਾਂਜੀ ਡੌਗ ਦਾ ਕਾਫੀ ਸਾਰੇ ਪੰਛੀ ਬਹੁਤ ਆਉਂਦੇ ਸੀ ਨਾ ਹਾਂਜੀ ਮੈਂ 2010 'ਚ ਮੱਝ ਦੀ ਬਰੀਡ ਦੂਜੇ ਨੰਬਰ ਤੇ ਜੀ ਅੱਛਾ ਤੇ 2012 'ਚ ਫਰੀਦਕੋਟ ਫਸਟ ਚੁਆਈ ਮੁਕਾਬਲਾ ਮੋਹਰਾ ਨਸਲੀ ਅੱਛਾ 2014 ਫੇਰ ਫਸਟ ਹਾਂ ਹਾਂ ਤੇ 17 ਤੀਕਰ ਮੇਲੇ ਜਾਨੀ ਕਿ ਮੈਂ ਨੰਬਰ ਲੈਂਦਾ ਰਿਹਾ ਜੀ ਅੱਛਾ ਉਸ ਤੋਂ ਬਾਅਦ ਕੈਪਟਨ ਸਾਹਿਬ ਮੇਲਾ ਲੈ ਕੇ ਬਟਾਲੇ ਫੇਰ ਅਸੀਂ ਗਏ ਜੀ ਅੱਛਾ ਹਾਂਜੀ ਬੱਚਿਆਂ ਨੂੰ ਉਤਸ਼ਾਹ ਪੈਦਾ ਹੁੰਦਾ ਜੀ ਮੇਲੇ ਲੱਗਦੇ ਨਵੀਂ ਨਵੀਂ ਬਰੀਡ ਪੈਦਾ ਹੁੰਦੀ ਹੈ ਬਿਲਕੁਲ ਵਧੀਆ ਪਲੇਟਫਾਰਮਾਂ ਵੀ ਮੇਲੇ ਲੱਗਣ ਪੰਜਾਬ ਦੇ ਵਿੱਚ ਹਾਂ ਵੀ ਹੁਣ ਰਾਜਸਥਾਨ ਦੇ ਵਿੱਚ ਆਪਾਂ ਇੰਨੀ ਦੂਰੋਂ ਆਏ ਆ ਨਾ ਬਾਈ ਤਰਨਤਾਰਨ ਤੋਂ ਆਏ ਆ ਤਰਨਤਾਰਨ ਤੋਂ ਆਏ ਅਸੀਂ ਵੀ ਦੂਰੋਂ ਆਏ ਆ ਪੰਜਾਬ ਦੇ ਵਿੱਚੋਂ ਵੀ ਕਿਤੇ ਆਪਣੇ ਪੰਜਾਬ 'ਚ ਮੇਲੇ ਲੱਗਣ ਹਨਾ ਤੇ ਬਾਈ ਰਾਜਸਥਾਨ ਵਾਲੇ ਵੀ ਆਉਣ ਹਰਿਆਣੇ ਵਾਲੇ ਵੀ ਆਉਣ ਹਿਮਾਚਲ ਵਾਲੇ ਵੀ ਆਉਣ ਸਾਰੇ ਆਪਣੇ ਪੰਜਾਬ ਦੇ ਵਿੱਚ ਆਉਣ ਨਾਲੇ ਦਰਸ਼ਨ ਕਰ ਜਾਣ ਤੇ ਨਾਲੇ ਮੇਲੇ ਲੱਗ ਜਾਣ ਤੇ ਨਾਲੇ ਜਿਹੜਾ ਨਸ਼ੇ ਦਾ ਕੋਹਰ ਹੈ ਇਹ ਤੋਂ ਬਚਿਆ ਜਾ ਸਕਦਾ ਨਾ ਇਹ ਮੇਲੇ ਆ ਰਾਹੀਂ ਹਾਂਜੀ ਹੋਰ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੇਲੇ ਪੰਜਾਬ ਦੇ ਵਿੱਚ ਲੱਗਣੇ ਚਾਹੀਦੇ ਆ ਹਾਂਜੀ ਹਾਂਜੀ ਜ਼ਰੂਰੀ ਆ ਜੀ ਮੇਲੇ ਜਾਨਵਰ ਫੇਰੀ ਮਤਲਬ ਖਰੀਦ ਫੋਕਤ ਦਾ ਫੇਰੀ ਹੋ ਸਕਦਾ ਜੇ ਆਪਾਂ ਲੈ ਕੇ ਅੱਗੇ ਵੇਚਾਂਗੇ ਸੇਲ ਪਰਚੇਜ ਕਰਾਂਗੇ ਜੇ ਸੇਲ ਪਰਚੇਜ ਨਹੀਂ ਹੋਊਗੀ ਤਾਂ ਫਿਰ ਤੁਹਾਨੂੰ ਪਤਾ ਕਿ ਕਈ ਘਰਾਂ ਦਾ ਕੰਮ ਰੁਕ ਜਾਂਦਾ ਚਲੋ ਬਾਈ ਹੁਣ ਤੁਸੀਂ ਜਿਹੜੀ ਰਸਮ ਆ ਉਹ ਤੁਸੀਂ ਕਰ ਲਓ ਬਾਈ ਹੁਣ ਰਸਮ ਕਰਦੇ ਆ ਇਹ ਆਪਦੀ ਵਾਹਿਗੁਰੂ ਦੋਨਾਂ ਨੂੰ ਖੁਸ਼ੀ ਦੇਵੇ ਵਾਹਿਗੁਰੂ ਚਲੋ ਬਾਈ ਜੀ ਮੁਬਾਰਕਾਂ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੀ ਅਣਖ ਚੈਨਲ ਤੇ ਬਈ ਸਵਾਗਤ ਤੁਹਾਡਾ ਬਹੁਤ ਹੈਲੋ